बिस्मिल्लाह रहमान रहीम। अस्सलाम वालेकुम प्यारे भैन भराओ, की हाल चाल है। अल्लाह पाक तुहानू सेहत तंदुरुस्ती दे, लम्मी जिंदगी दे। अल्लाह तुहाडे कारोबार च रहमत करे अपनी खास। अल्लाह तुहाडे घरां दे उत्ते अल्लाह सलामती रखे। अल्लाह तुहाडे बच्चियां दे उत्ते रहमत करे। जो दुनिया ते चले गए ने अल्लाह उहनां दी मगफरत करे। जन्नत अल फरदौस च आला मकाम अता फरमाए। हां जी, अमराहा से भी बात कर लो। अमराहा सलाम ले लो। हाँ सलाम ले लो बेटा। ऊपर देख के लो ना अपने बहन भाइयों से। लाइक शेयर और कमेंट करना। अच्छा जी, ये तो बहन भराओ देखो माशाल्लाह सुभान अल्लाह अल्हम्दुलिल्लाह। मदीने तो पानी और खजूर आईया जे। हां अबू दाबो के रिश्तेदारों ने भेजी है ना। ਉਹ ਪਤਾ ਜਿਹੜੀ ਬੱਚੀ ਦਾ ਤੁਹਾਨੂੰ ਕਾਰਡ ਦਿਖਾਇਆ ਸੀ ਸ਼ਾਦੀ ਦਾ, ਰਜ਼ੀਆ ਦੇ ਵਿਹੜੇ ਨੂੰ ਉਹਨਾਂ ਨੇ ਇਨਵਾਈਟ ਕੀਤਾ ਸੀ, ਤੇ ਉਹ ਬੱਚੀ ਕਿਹੜੀ ਹੈ ਨਾ ਮਾਸ਼ਾਅੱਲਾ ਸੁਭਾਨ ਅੱਲਾ ਛੋਟੀ ਉਮਰ 'ਚ ਮਦੀਨੇ ਗਈ ਹੈ, ਉਮਰਾ ਕਰਕੇ ਆਈ ਹੈ, ਤੇ ਉਹਨਾਂ ਮੀਆਂ ਬੀਵੀ ਨੇ ਕੈਸਾ ਮਾਸ਼ਾਅੱਲਾ ਸੁਭਾਨ ਅੱਲਾ ਅੱਲਾ ਪਾਕ ਨੇ ਉਹਨਾਂ ਨੂੰ ਦਾਵਤ ਦਿੱਤੀ ਹੈ ਮਦੀਨੇ ਦੀ। ਨਬੀ ਦਾ ਰੋਜ਼ਾ ਦੇਖਿਆ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ। ਪਾਕ ਇਹੋ ਜਿਹਾ ਦੀਦਾਰ ਸਭ ਨੂੰ ਕਰਾਏ, ਤੌਫੀਕ ਦੇਵੇ ਅੱਲਾ। ਜਿਸ ਤਰ੍ਹਾਂ ਉਹਨਾਂ ਬੱਚਿਆਂ ਨੇ ਆਪਣਾ ਕਰ ਕੀਤਾ ਉਮਰਾ ਸ਼ਾਦੀ ਤੋਂ ਬਾਅਦ, ਮਾਸ਼ਾਅੱਲਾ ਜੀ ਉਹ ਗਏ ਨੇ ਉਮਰਾ ਕਰਕੇ ਆਏ ਨੇ, ਔਰ ਉਹਨਾਂ ਨੇ ਮੇਰੇ ਵਾਸਤੇ ਖਜੂਰਾਂ ਅਤੇ ਪਾਣੀ ਲੈ ਕੇ ਆਏ ਨੇ। ਇਹ ਜੀ ਮਦੀਨੇ ਦਾ ਤੋਹਫਾ ਆਇਆ ਮੈਨੂੰ ਸੁਬਹਾਨ ਅੱਲਾ। ਤੋ ਆਪਨੇ ਕਿਉਂ ਖਾਇਆ? ਆਪਨੇ ਆਪਣਾ ਖਾਣਾ ਥਾ ਨਾ, ਆਪਕੋ ਆਪਕਾ ਵੀ ਉਹਨਾਂ ਨੇ ਪੈਕਟ ਦੀਆ, ਆਪਕੇ ਦਾਦਾ ਅਬੂ ਕਾ ਵੀ ਦੀਆ, ਆਪਕੇ ਘਰ ਵਾਲੋਂ ਕਾ ਵੀ ਦੀਆ, ਉਹਨਾਂ ਨੇ ਦੀਆ ਨਾ, ਉਹ ਬਤਾ ਰਹੇ ਥੇ, ਕਹਿ ਰਹੇ ਥੇ ਉਨਕੋ ਵੀ ਦੀਆ, ਤੋ ਆਪ ਆਪਣਾ ਖਾਓ। ਅਮਰਾਹਾ ਅੱਛਾ ਕੋਈ ਬਾਤ ਨਹੀਂ ਕਹਿ ਰਹੀ ਹੈ, ਕੋਈ ਬਾਤ ਨਹੀਂ ਹੈ ਅਮਰਾਹਾ, ਆਪ ਆਪਣੇ ਪੈਕਟ ਸੇ ਮੁਝੇ ਲਾ ਕੇ ਦੋ। ਕਿਉਂ? ਅੱਛਾ ਤੂੰ ਇਹ ਹਮਾਰਾ ਥਾ ਨਾ ਜੋ ਆਪਨੇ ਖਾ ਲਿਆ ਹੈ। कह रही कोई बात नहीं, अपनी दफा कह रही कोई बात नहीं, वो मैंने आपका खा लिया कोई बात नहीं। मैं क्या अपने पैकेट जो खिलाओ ना, तो कहती नहीं वो हमारा है ना। देखो अजकल दे बच्चे माशाल्लाह कितने तेज है गए ने। अल्लाह पाक सब बच्चों से तंदुरुस्ती दे, अल्लाह तुहाडे सारे दे बच्चे बच्चों के सदके अल्लाह मेरे बच्चों से भी रहम करे, अल्लाह इन्होंने भी सेहत तंदुरुस्ती दे। ऐ हुण साडे नाल तैयार हो गई है, मैं जाना सी जरा बाजार, ਅਤੇ ਇਹ ਮੇਰੇ ਨਾਲ ਤਿਆਰ ਹੋ ਗਈ ਹੈ, ਕਹਿੰਦੀ ਮੈਨੇ ਇਹਨਾਂ ਨੂੰ ਆਪਕੇ ਸਾਥ ਹੀ ਜਾਣਾ। ਜੋਏ ਸਾਹਿਬ ਵੀ ਆ ਗਏ ਨੇ। ਹਾਂ ਜੋਏ ਸਾਹਿਬ ਆ ਗਏ, ਜ਼ਰਾ ਚਲੋ ਬਾਜ਼ਾਰ ਮੇਰੇ ਨਾਲ। ਹਾਂ ਜੀ ਚਲੀਏ। ਅਸਲਾਮ ਵਾਲੇਕੁਮ ਭੈਣ ਭਰਾਓ, ਕੀ ਹਾਲ ਹੈ? ਠੀਕ ਠਾਕ ਹੋ? ਆ ਹੁਣ ਅਸੀਂ ਚੱਲੇ ਹਾਂ ਜ਼ਰਾ ਬਾਜ਼ਾਰ। ਅਮਰਾਹਾ ਵੀ ਤਿਆਰ ਹੋ ਗਈ ਹੈ। ਅਮਰਾਹਾ ਨੇ ਵੀ ਜਾਣਾ? ਹਾਂ, ਇਹ ਤੁਹਾਨੂੰ ਦਿਖਾਇਆ ਨਹੀਂ ਹੈ, ਉਹ ਬੱਚੀ ਜਿਹੜੀ ਆਪਣੀ ਹੈ ਨਾ, ਉਹ ਉਮਰੇ ਤੇ ਗਈ ਸੀ ਖਜੂਰਾਂ ਅਤੇ ਪਾਣੀ ਦਾ ਪੈਕਟ, ਅਤੇ ਉਹ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਦੱਸਿਆ, ਮੈਂ ਕਿਹਾ ਵੇਖੋ ਮਾਸ਼ਾਅੱਲਾ ਅੱਲਾ ਪਾਕ ਨੇ ਉਹਨਾਂ ਨੂੰ ਖਾਨੇ ਕਾਬੇ ਦਾ ਅਤੇ ਨਬੀ ਦੇ ਰੋਜ਼ੇ ਦਾ ਦੀਦਾਰ ਕਰਾਇਆ, ਉੱਥੇ ਗਏ ਸਨ, ਜ਼ਿਆਦਾ ਕਰਕੇ ਇਹਨੇ ਸਾਰੀਆਂ ਅੱਲਾ ਉਹਨਾਂ ਦੀਆਂ ਕਬੂਲੋ ਮਨਜ਼ੂਰ ਫਰਮਾਏ। ਅਤੇ ਇਹ ਵੇਖੋ ਪਾਣੀ ਲੈ ਕੇ ਪੀ ਲਓ ਹੁਣ ਤੁਸੀਂ, ਅਤੇ ਖਜੂਰ ਵੀ ਖਾ ਲਓ, ਅਤੇ ਅੱਲਾ ਪਾਕ ਸਾਨੂੰ ਵੀ ਬੁਲਾਵੇ, ਅਸੀਂ ਵੀ ਉਮਰੇ 'ਤੇ ਜਾਈਏ। ਬਿਸਮਿਲਲਾਹ। ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਹਾਂਜੀ। ਇਹ ਅਮਰਾਹਾ ਕਰ ਗਈ ਜੇ ਵਿਹਲਾ ਪੈਕਟ, ਖਾ ਗਈ ਜੇ, ਕਹਿੰਦੀ ਕੋਈ ਬਾਤ ਨਹੀਂ ਨਾਨੋ ਮੈਨੇ ਖਾ ਲਿਆ, ਤੋ ਮੈਂ ਕਿਹਾ ਆਪਣੇ ਪੈਕਟ ਚ ਖਿਲਾ ਲਿਆ ਕੇ, ਕਹਿੰਦੀ ਨਹੀਂ ਵੋ ਹਮਾਰੇ ਹੈ ਆਪਣੇ ਨਹੀਂ ਨਾ। ਤੇ ਇਹ ਹੁਣ ਤਿਆਰ ਹੋ ਗਈ ਜੇ ਸਾਡੇ ਨਾਲ, ਇਹਨੂੰ ਵੀ ਨਾਲ ਲੈ ਚਲੀਏ। ਚਲੋ ਫਿਰ ਚਲੀਏ। ਲਓ ਜੀ ਹੁਣ ਅਸੀਂ ਜਾ ਰਹੇ ਜੇ ਬਾਜ਼ਾਰ, ਸਾਡੇ ਨਾਲ ਹੀ ਰਹਿਣਾ, ਜੁੜ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਕਮੈਂਟ ਵੀ ਕਰਨਾ, ਵੀਡੀਓ ਐਂਡ ਤੱਕ ਜ਼ਰੂਰ ਦੇਖਣਾ। ਅੱਛਾ ਭੈਣ ਭਰਾ ਮੇਰੇ ਨਾਲ ਰਹਿਣਾ, ਜੁੜ ਕੇ ਰਹਿਣ ਨਾਲ ਤੁਹਾਨੂੰ ਪਤਾ ਲੱਗੇਗਾ ਰਜ਼ੀਆ ਦਾ ਵਿਹੜਾ ਕਿੱਧਰ ਜਾ ਰਿਹਾ ਕਿੱਧਰ ਨਹੀਂ ਜਾ ਰਿਹਾ, ਤੁਹਾਨੂੰ ਪਤਾ ਚੱਲਦਾ ਰਹੇ ਮੇਰਾ। ਲਓ ਜੀ ਅਸੀਂ ਹੁਣ ਜਾ ਰਹੇ ਜੇ ਸੀੜੀਆਂ ਉਤਰ ਰਹੇ ਨੇ, ਚੋਈ ਸਾਹਿਬ ਵੀ ਆ ਰਹੇ ਨੇ, ਅਸੀਂ ਵੀ ਜਾ ਰਹੇ ਹਾਂ। ਅਮਰਾਹਾ ਤੇ ਜਾ ਰਹੀ ਹੈ, ਦੇਖੋ ਦੇਖੋ ਸਭ ਤੋਂ ਪਹਿਲੇ ਜਾ ਰਹੀ ਹੈ ਅੱਗੇ ਅੱਗੇ। ਆ ਜਾਓ ਜੋਏ ਸਾਹਿਬ।
देखो माशाल्लाह चोई साहब ने मोटरसाइकिल सही करवाया, ए लाइटा भी लवा लिया ने। उस दिन मैनू ए फायदा हो गया जो मैं बुला के तुम दसिया ना भैन भरा, तो चोई साहब ने ना अपना मोटरसाइकिल सैट कर लिया भी रजिया का वेड़ा, तो मैं बुला के भी दसद वेखो ए लाइटा भी लवा लिया ने और सारे छुरे सारे सैट करा ले मोटरसाइकिल इन्होंने नवा कर लिया। देखो हूँ वो मोटरसाइकिल नहीं लग रहा, देखो माशाल्लाह इन्होंने रुपये ला लेने उत्ते मोटरसाइकिल दे। चोई साहब मोटरसाइकिल सोहना बनवा लिया जी, हूँ इन लग रही है। देखो जी अमराहा की कैटो जी बैठ के ना सारिश कर रही है, देखो देखो कैटो सलाम ले लो कैटो धूप से कर रही हो। देखो बड़े सुकून अपना ब्लॉग बनवा रही है। वालेकुम सलाम और बिला जी ठीक हो? अच्छा बिला जी वेखो मोटरसाइकिल सही करवा लिया चोई साहब ने। एक दिन मैं ब्लॉग च किया सी, मैं चोई साहब का मोटरसाइकिल टूटा है। एक तो टूथपेस्ट लेंगे अमराह पीछे हटो जरा, ये एक डॉक्टर लेंगे हम, ये वाली कौन सी है, ये डॉक्टर है जी, ये डॉक्टर है। इसके अलावा ये है लॉन्ग वाली जी, ये मैं कहते बच्चों वाली होगी छोटी होगी, वो एक मेडी पैक दे रहे हैं। फर्क है पैक है किसमें, टूथपेस्ट मेडी पैक, मेडी पैक गैम होगी मेडी कैम, हाँ एक दे छोटा के बड़ा बड़ा ही दे दे, और एक ये दे दे एक कोलगेट हो गया, हाँ ठीक है, और ये साबुन दे दे, ये लैक्स वाला दे दे बड़ा तीन वाला पैक, हाँ लैक्स लैक्स चलो जी ताज़ा साग चालीस रुपये किलो, ए बाथू 200 रुपये किलो मिल गए ताज़ा साग। सौ रुपये का किलो बाथू जे माशाल्लाह जी, पालक धनिया 40 रुपये किलो, पालक ये पालक कितों आई है केड़े इलाके दी, मांगे सारी फ्रेश पालक हैगी बहुत प्यारी है, धनिया माशाल्लाह जी, मेथी की लाई मूली का गट्ठा 250 रुपये का, अल्लाह बेटा पैसे
हाँ दस रुपए पूरे दे दे माशाल्लाह फ्रेश टमाटर। ग्यारह सौ रुपये करिए, दो सौ भी रुपये किलो। प्याज सही देना, जरा खराब ना देना। लोड हो गई है। टमाटर ए देखो, ए मेडिकल स्टोर तो ए स्टोर का भी समान बिच ही है। ए देखो ए सेटिंग हो रही है। अमराहा कौन सी रस्सी? ये वाली रस्सी दे दो। हाँ वो आगे पड़ी हुई, आगे ये अमराहा, ये वाली रस्सी, ये वाली, ये पड़ी हुई, ये ठाओ। हाँ ये वाली, हाँ ये ना ना बुक दे दो। देखो जी अमराहा हेल्प कर रही है। मेरी सलाह है बेकरी छड़ के ना असि बना लीए, दुकान पा लीए। जो सब फ्रूट मंडी माशाल्लाह, इस तरफ फ्रूट मंडी हैगी ना सारी, ते दूसरी तरफ सब्जी मंडी हैगी सब्जियां दी। इधर फ्रूट मंडी हैगी जी सारी, दूसरी तरफ जरा ना उस साइड पे सब्जी मंडी, सब्जियां फ्रेश माशाल्लाह जी। मंडी अवान टाउन मंडी, बड़ी सब्जियां ते ताजी मनारे पाकिस्तान तो जी अगे मंडी लगती है सबल मंडी बदामी बाग जाते थी। एक दफा तेल लैन वास्ते आए हैं ना, तो देखा बड़ी प्यारी मंडी फ्रेश सब्जियां। उस दिन तो अभी शुरू हो गए हैं इधरों लैन वास्ते। देखो माशाल्लाह सुभान अल्लाह जी। चलो अमराहा आ गई हो, आ गई हो। चलो जी शुक्र अल्लाह पाक दा। आ देखो असी अपने घर पहुंच गए हैं। बैल दियो अमराहा, ऊपर से बैल बजाओ। शुक्र अल्हम्दुलिल्लाह असी अपने घर पहुंच गए। सानू आदत पई मोटरसाइकिल से जान दी, नहीं तो गड्डी खड़ी है असी इहदे ते गए नहीं है। ਇਹ ਜ਼ਿਆਦਾ ਇਸਤੇਮਾਲ ਉਸਮਾਨ ਕਰ ਰਿਹਾ ਅੱਜ ਕੱਲ੍ਹ ਗੱਡੀ ਮਾਸ਼ਾਅੱਲਾ ਜੀ। ਆਹ ਬੋਰਾ ਸਮਾਨ ਦਾ ਆ ਗਿਆ, ਅਬਦੁੱਲਾ ਹੱਥ ਲੱਗ ਪਿਆ ਆਉਂਦਾ ਹੀ ਖੋਲਣ। ਅਬਦੁੱਲਾ ਜੀ ਟਮਾਟਰ ਹੈ, ਟਮਾਟਰ ਹੈ ਬੇਟਾ। ਇਹ ਮੈਂ ਬਹੁਤ ਅੱਛਾ ਕੀਤਾ ਜਿਹੜਾ ਮੈਂ ਨਾ ਪਹਿਲੇ ਆਪਣਾ ਬਾਜ਼ਾਰ 'ਚੋਂ ਨਾ ਇਹ ਲੈ ਗਈ ਹਾਂ ਸਟੋਰ ਤੋਂ ਚੀਜ਼ਾਂ, ਅਤੇ ਉਸ ਤੋਂ ਬਾਅਦ ਸਾਡਾ ਕੋਈ ਹਾਲ ਸੀ ਆ ਕਿੱਥੋਂ ਚੀਜ਼ਾਂ ਖਰੀਦਣ ਦਾ। ਹਾਂਜੀ ਉਸਮਾਨ ਮਦਰਸਰ ਸਾਹਿਬ ਆ ਗਏ ਨੇ। ਹਾਂਜੀ ਸਲਾਮ ਕਰ ਲਓ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਹੋ?
ਆ ਦੇਖੋ ਜੀ ਮਾਸ਼ਾਅੱਲਾ ਤੁਸੀਂ ਅੱਜ ਕੰਮ ਤੇ ਨਹੀਂ ਗਏ ਕਿ ਗਏ ਸੋ ਮੈਂ ਕੰਮ ਤੋਂ ਹੋ ਗਿਆ ਚਾਚੂ ਹੁਣ ਆਏ ਹੋ ਨਹੀਂ ਬੜੀ ਦੇਰ ਦਾ ਆਇਆ ਹਾਂ ਮੈਂ 3 ਵਜੇ ਵਾਪਸ ਆ 3:30 ਵਜੇ 3:30 ਵਜੇ ਅੱਛਾ ਆ ਦੇਖ ਆਪਣੇ ਬੇਟੇ ਦਾ ਹਾਲ ਦੇਖ ਕੀ ਕਰ ਰਿਹਾ ਆ ਦੇਖ ਟਮਾਟਰ ਖਾ ਰਿਹਾ ਆ ਦੇ ਕੱਚੇ ਟਮਾਟਰ ਖਾਣੇ ਦੇਖ ਲੈ ਕੱਚਾ ਟਮਾਟਰ ਆਏ ਕੱਚਾ ਟਮਾਟਰ ਮੁਫਤ ਮੈਂ ਲਿਆ ਤੂੰ ਕੀ ਇਹ ਪੰਡ ਇਹ ਮੁਫਤ ਕਿੱਥੋਂ ਮਿਲਿਆ ਉਹ ਸਾਡੇ ਨਾਲ ਅੱਜ ਬੜਾ ਵੱਡਾ ਧੋਖਾ ਹੋ ਗਿਆ ਉਹਨੂੰ ਕਿਹਾ ਪੈਸੇ ਦੇ ਜ਼ਿਆਦਾ ਤੇ ਉਹਨੇ ਮੈਨੂੰ ਥੋੜੇ ਪੈਸੇ ਦੇ ਦਿੱਤੇ ਤੇ ਅੱਗੇ ਜਾ ਕੇ ਪੈਸੇ ਖਤਮ ਹੋ ਗਏ ਤੇਰੇ ਅੱਬੂ ਕੋਲ ਇਹਦੇ ਅੱਬੂ ਕੋਲ ਪੈਸੇ ਹੈਗੇ ਸੀ ਉਹਨਾਂ ਨੇ ਮੈਨੂੰ ਕੁਛ ਦੇ ਦਿੱਤੇ ਤੇ ਕੁਛ ਚਲੋ ਮੇਰੇ ਕੰਮ ਬਣ ਗਿਆ ਤੇ ਉਹ ਕਿੰਨੂ ਵਾਲੇ ਨੇ 30 ਰੁਪਏ ਦਾ ਉਧਾਰ ਕਰ ਲਿਆ ਉਹ ਕਹਿੰਦਾ ਬਾਜੀ ਨਹੀਂ ਤੁਸੀਂ ਹੁਣ ਕਿੰਨੂ ਲੈ ਜਾਓ ਤੇ ਤੁਸੀਂ ਆਉਂਦੇ ਜਾਂਦੇ ਹੋ ਤੇ ਤੁਹਾਨੂੰ ਫਿਰ 30 ਰੁਪਏ ਬਾਅਦ 'ਚ ਦੇ ਦੇਣਾ ਉਹਨਾਂ ਨੂੰ 30 ਰੁਪਏ ਦੁਬਾਰਾ ਦਾ ਸ਼ੁਕਰ ਕਰਨਾ ਵੀ 30 ਰੁਪਈਏ ਉਹਨੂੰ ਭਾਈ ਨੂੰ ਵਾਪਸ ਦੇ ਦਿੱਤੇ ਨੇ ਉਹਨੇ ਵੀ ਸਾਡੇ ਤੇ ਇੰਨਾ ਯਕੀਨ ਕਰਦੇ ਨੇ ਜਿਹੜੇ ਬਾਜ਼ਾਰ ਜਾਈਏ ਤੇ ਜੇ ਕੋਈ ਪੈਸੇ ਮੁੱਕ ਜਾਂਦੇ ਕਹਿੰਦੇ ਨੇ ਕੋਈ ਗੱਲ ਨਹੀਂ ਫਿਰ ਆ ਜਾਣਗੇ ਪੈਸੇ ਤੇ ਸ਼ੁਕਰ ਅਲਹਮਦੁਲਿਲਾ ਇਹ ਅੱਲਾ ਦੀ ਕੋਈ ਖਾਸ ਰਹਿਮਤ ਹੈਗੀ ਹੈ ਸਮਾਨ ਵੀ ਸਾਡਾ ਆ ਜਾਂਦਾ ਜੇ ਕੋਈ ਪੈਸੇ ਥੋੜੇ ਬਹੁਤੇ ਕਮੀ ਪੇਸ਼ੀ ਹੋ ਵੀ ਜਾਏ ਤੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਭਾਜੀ ਮੈਂ ਅੱਗੇ ਤੇਰੇ ਅੱਬੂ ਨੂੰ ਕਹਿ ਰਹੀ ਸਾਂ ਮੈਂ ਆਖਿਆ ਅਸੀਂ ਆਪ ਹੀ ਨਾ ਰੇੜੀ ਰੂੜੀ ਲਾ ਲਈਏ ਫਲਾਂ ਦੀ ਤੇ ਸਬਜ਼ੀਆਂ ਦੀ ਇੰਨੀਆਂ ਪਿਆਰੀਆਂ ਫਰੈਸ਼ ਮੂਲੀਆਂ ਮਿਲੀਆਂ ਨੇ ਬਹੁਤ ਅੱਛੀਆਂ ਮੂਲੀਆਂ ਇਹ ਹੁਣ ਮੂਲੀ ਵਾਲਾ ਪਰਾਂਠਾ ਬਣਾ ਬਣਾ ਕੇ ਖਾਇਆ ਜੇ ਮਦਰ ਸਰ ਕਹਿ ਰਿਹਾ ਪੂਰੇ ਘਰ ਚ ਮੂਲੀ ਵਾਲਾ ਪਰਾਂਠਾ ਖਾ ਕੇ ਪਿਰਾ ਗਏ ਆ ਦੇਖੋ ਅਮਰਾਹਾ ਆ ਦੇਖੋ ਹੁਣ ਆਪਣੀ ਪੀਚੀ ਦਾ ਕੱਢਣ ਦੇ ਰਹੇ ਆ ਦੇਖੋ ਇਹ ਨਾਨਾ ਅੱਬੂ ਦੀ ਟੂਥਪੇਸਟ ਹੈ ਡਾਕਟਰ ਠੀਕ ਹੈ ਉਹ ਕਹਿੰਦੇ ਨੇ ਦੰਦਾਂ ਨੂੰ ਇਹਦੇ ਨਾਲ ਆਰਾਮ ਆ ਜਾਂਦਾ ਲਾਉਣ ਨਾਲ ਤੇ ਉਹ ਡਾਕਟਰ ਟੂਥ ਤੇ ਇਹ ਜਿਹੜੀ ਹੈ ਨਾਨੋ ਮੰਮੀ ਦੀ ਹੈ ਉਹ ਬਾਕੀ ਤੁਸੀਂ ਸਭ ਲੋਕ ਇਸਤੇਮਾਲ ਕਰੋ ਅੱਬੂ ਤੇ ਚਲੇ ਗਏ ਨੇ ਅਮਰਾਹਾ ਆ ਜਾਓ ਅੱਲਾ ਹਾਫਿਜ਼ ਕਹਿ ਲੈ ਇਧਰ ਆਓ ਮੈਂ ਮੰਮੀ ਆਮੋ ਤਾਂ ਜੂ ਤੇ ਤੀਤੀ ਕੀ ਇਧਰ ਆ ਕੇ ਬਤਾਓ ਕੀ ਅੱਛਾ ਜੂ ਤੇ ਤੀਤੀ ਕੀ ਅੱਛਾ ਅੱਛਾ ਕੈਸਾ ਕੈਸਾ ਕਰਦੀ ਸੀ ਅੱਛਾ ਕੀ ਕਰਦੀ ਸੀ ਅੱਛਾ ਜੂ ਤੇ ਤੀਤੀ ਸੀ ਜੇ ਬੱਚੇ ਉਤਰ ਅੱਛਾ ਅੱਛਾ ਭੈਣ ਭਰਾਓ ਮੈਨੂੰ ਹੁਣ ਤੁਸੀਂ ਦਿਓ ਇਜਾਜ਼ਤ ਅੱਲਾ ਪਾਕ ਤੁਹਾਨੂੰ ਖੈਰੀਅਤ ਨਾਲ ਰੱਖੇ ਆਪਣੇ ਹਿਫਜ਼ੋ ਮਾਨ ਚੱਲਾ ਰੱਖੇ ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇ ਤੇ ਮੈਨੂੰ ਹੁਣ ਇਜਾਜ਼ਤ ਦਿਓ ਵਲਾਗ ਹੋ ਜਾਏਗਾ ਲੰਬਾ ਅੱਲਾ ਹਾਫਿਜ਼ ਅੱਲਾ ਨਿਗਹਬਾਨ